ਸਤਿ ਸ਼੍ਰੀ ਅਕਾਲ ਜੀ ਚੈਨਲ 'ਤੇ ਆਏ ਸਾਰੇ ਵੀਰਾਂ ਨੂੰ। ਅਤੇ ਜਿਹੜਾ ਆਪਾਂ ਪਿਛਲੇ ਦਿਨਾਂ 'ਚ ਛੋਟਾ ਟਰੈਕਟਰ ਲੈ ਕੇ ਆਉਂਦਾ ਸੀ, ਇਹ ਕਰਤਾ ਜੀ ਪੂਰਾ ਤਿਆਰ। ਅਤੇ ਆਹ ਚੱਲਦੇ ਤੁਸੀਂ ਵੀਡੀਓ ਦੇਖੋ, ਨਾਲੇ ਇਹਨੂੰ ਲੈ ਕੇ ਗਏ ਫਿਰ ਆਪਾਂ ਗੁਰਦੁਆਰੇ ਮੱਥਾ ਟਿਕਾ ਕੇ ਲਏ ਟਰੈਕਟਰ ਦਾ ਵੀ, ਅਤੇ ਨਾਲੇ ਕੀਤੀ ਅਰਦਾਸ ਟਰੈਕਟਰ ਵਾਸਤੇ। ਅਤੇ ਆਹ ਵਾਲੀ ਵੀਡੀਓ ਦਾ ਸ਼ੋਟ ਆ ਜਿਹੜਾ ਜੀ, ਇਹ ਗੁਰਦੁਆਰੇ ਜਾਂਦੇ ਟਰੈਕਟਰ ਦਾ। ਅਤੇ ਟਰੈਕਟਰ ਪੂਰਾ ਕਾਇਮ ਤਿਆਰ ਹੋਇਆ, ਅਤੇ ਬਾਕੀ ਤੁਹਾਨੂੰ ਚੀਜ਼ ਅੱਗੇ ਸਾਰੀ ਵੀਡੀਓ ਦੇ ਵਿੱਚ ਆਪਾਂ ਦਿਖਾਉਣੇ ਆ। ਅਤੇ ਜਿੰਨੀ ਕੁ ਵੀਡੀਓ ਆਪਣੇ ਤੋਂ ਤਿਆਰ ਹੋਈ ਉਨੀ ਆਪਾਂ ਇਹ ਵੀਡੀਓ ਦੇ ਵਿੱਚ ਪਾਤੀ ਆ ਸਾਰੀ। ਅਤੇ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆਏ ਆ ਜੀ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਜਿਹਦੇ ਨਾਲ ਆਉਣ ਵਾਲੀ ਵੀਡੀਓ ਤੁਹਾਨੂੰ ਪਹਿਲਾਂ ਮਿਲ ਜਾ ਕਰੂਗੀ, ਨਾਲੇ ਨੋਟੀਫਿਕੇਸ਼ਨ ਆ ਜਾ ਕਰੂਗੀ। ਅਤੇ ਪਹਿਲਾਂ ਟਰੈਕਟਰ ਦੀ ਹਾਲਤ ਕੁਝ ਇੱਦਾਂ ਦੀ ਸੀਗੀ, ਅਤੇ ਕੁਛ ਇਹਦੇ ਕੰਮ ਰਹਿੰਦੇ ਸੀਗੇ, ਆਪਾਂ ਹੌਲੀ ਹੌਲੀ ਨੇੜੇ ਕਰਤੇ ਸਾਰੇ, ਨਿੱਕੇ ਨਿੱਕੇ ਕੰਮ ਜੇ ਸੀਗੇ। ਇੱਕ ਤਾਂ ਬੈਟਰੀ ਲਿਆ ਕੇ ਨਵੀਂ ਰੱਖਤੀ ਆ, ਅਤੇ ਛੋਟਾ ਮੋਟਾ ਕੰਮ ਸੀਗੇ, ਤੇਲ ਵਗੈਰਾ ਚੇਂਜ ਕਰਤੇ ਆ, ਏਸੇ ਦਾ ਤੇਲ ਬਦਲਤਾ, ਗੇਅਰ ਦਾ ਤੇਲ ਵੀ ਬਦਲਤਾ। ਅਤੇ ਆਹ ਇਹਦੀ ਸ਼ੋਅ ਪਈ ਆ, ਅਤੇ ਪਾਰਟਸ ਪਏ ਆ ਸਾਰੇ ਅਸੈਂਬਲ ਕਰਨ ਵਾਲੇ ਆ, ਅਤੇ ਸੀਟ ਵੀ ਇਹਦੀ ਆਪਾਂ ਕਰਾ ਲਿਆਂਦੀ ਓਕੇ। ਅਤੇ ਇਦੋਂ ਜਿਵੇਂ ਜਿਵੇਂ ਅੱਗੇ ਆਪਾਂ ਇਹਨੂੰ ਰੈਡੀ ਕਰਿਆ, ਆਹ ਇੱਥੇ ਧੋਣ ਦਾ ਪ੍ਰੋਸੈਸ ਕਰਿਆ ਇਹਨੂੰ ਸਾਰਾ। ਅਤੇ ਧੋਣ ਨਾਲ ਕੀ ਹੁੰਦਾ ਵੀ ਟਰੈਕਟਰ ਇਹ ਕਾਫੀ ਟਾਈਮ ਦੇ ਖੜ੍ਹੇ ਹੁੰਦੇ ਆ, ਅਤੇ ਜ਼ਿਆਦਾਤਰ ਇਹ ਮਿੱਟੀ ਮੁੱਟੀ ਦੇ ਮੈਲ ਨਾਲ ਹੀ ਲਿਬੜੇ ਖੜ੍ਹੇ ਹੁੰਦੇ ਟਰੈਕਟਰ ਇਹ। ਅਤੇ ਧੋਣ 'ਤੇ ਇਹਨੂੰ ਕੋਈ 2-2.5 ਘੰਟੇ ਲੱਗੇ, ਅਤੇ ਫਿਰ ਇਹ 'ਤੇ ਆਪਾਂ ਡੀਜ਼ਲ ਮਗਲੈਂਡਰ ਲਾ ਕੇ ਮਾਰਤਾ ਸੀ ਸਾਰੇ 'ਤੇ ਬਾਅਦ 'ਚੋਂ, ਅਤੇ ਉਸ ਤੋਂ ਬਾਅਦ ਫਿਰ ਧੋਤਾ ਸੀ ਟਰੈਕਟਰ ਨੂੰ। ਜਿਹਦੇ ਨਾਲ ਕੀ ਹੁੰਦਾ, ਜਿਹੜੀ ਮੈਲ ਪੁਰਾਣੀ ਜੰਮੀ ਹੁੰਦੀ ਉਹ ਵੀ ਢਿੱਲੀ ਹੋ ਕੇ ਲੈ ਜਾਂਦੀ ਆ, ਅਤੇ ਟਰੈਕਟਰ ਦੀ ਲੁੱਕ ਪੂਰੀ ਕਾਇਮ ਆਈ ਆ। ਤੁਸੀਂ ਸਟਾਰਟਿੰਗ ਦੇ ਵਿੱਚ ਵੀਡੀਓ 'ਤੇ ਦੇਖਿਆ ਹੀ ਹੈ, ਅਤੇ ਬਾਕੀ ਤੁਹਾਨੂੰ ਵੀਡੀਓ ਅੱਗੇ ਵੀ ਦਿਖਾਉਣੀ ਆਪਾਂ ਟਰੈਕਟਰ ਦੀਆਂ ਫਿਟਿੰਗ ਹੁੰਦੇ ਦੀਆਂ ਜਿੰਨੀਆਂ ਕੁ ਹੈਗੀਆਂ। ਅਤੇ ਲਾਈਟਾਂ ਵਗੈਰਾ ਦੀਆਂ ਆਪਾਂ ਸਾਰੀਆਂ ਚੇਂਜ ਕਰਤੀਆਂ ਨੇ, ਅਤੇ ਵਾਇਰ ਦੀ ਸਾਰੀ ਚੈੱਕ ਕਰ ਲਈ ਸੀਗੀ, ਅਤੇ ਵਾਇਰ 'ਚ 1-2 ਥਾਂ ਸੀਗਾ ਡਿਫੈਕਟ ਮਾੜਾ ਜਿਹਾ, ਉਹ ਵੀ ਸੈੱਟ ਕਰਤੀ ਆ। A-to-Z ਫੰਕਸ਼ਨ ਇਹਦੇ ਸਾਰੇ ਚਾਲੂ ਕੀਤੇ ਹੋਏ ਆ। ਅਤੇ ਇਸ ਤੋਂ ਬਾਅਦ ਆਪਾਂ ਇਹਦੀ ਸ਼ੋਅ ਫਿੱਟ ਕੀਤੀ ਆ, ਸ਼ੋਅ ਦੇ ਲੌਕ ਵਗੈਰਾ ਬਣਾਉਣੇ ਪਏ ਆਪਾਂ ਨੂੰ ਆਪ। ਅਤੇ ਸੋ ਇਹ ਵੀ ਕਾਫੀ ਟਾਈਮ ਲੱਗਿਆ ਸ਼ੋਅ 'ਤੇ ਵੀ। ਬਾਕੀ ਟਰੈਕਟਰ ਦੀ ਆਪਾਂ ਨਿੱਕੀ ਤੋਂ ਨਿੱਕੀ ਚੀਜ਼ ਪੂਰੀ ਕੀਤੀ ਹੈ, ਆਹ ਸਾਈਡ ਵਾਲੇ ਲੋਗੋ ਵਗੈਰਾ ਸਾਰੇ ਲਾਤੇ ਆ, ਅਤੇ ਇਹਦੀਆਂ ਇੱਕ ਪਾਈਪ ਲੀਕ ਸੀਗੀ ਉਹ ਵੀ ਨਵੀਂ ਪਾਤੀ ਹੈ, ਵੈਸੇ ਤਾਂ ਢਿੱਲੀ ਹੋਈ ਸੀਗੀ ਬਟ ਆਪਾਂ ਚੇਂਜ ਹੀ ਕਰਤੀ ਹੈ। ਅਤੇ ਇਸ ਤੋਂ ਬਾਅਦ ਤੁਹਾਨੂੰ ਅੱਗੇ ਆਪਾਂ ਦਿਖਾਉਣੇ ਆ ਵੀਡੀਓ ਦੇ ਵਿੱਚ, ਫਿਰ ਆਪਾਂ ਇਹਨੂੰ ਚਲਾ ਚਲੂ ਕੇ ਟੈਸਟ ਡਰਾਈਵ ਕੀਤਾ ਥੋੜ੍ਹਾ ਜਿਹਾ ਫਿੱਟ ਹੋਣ ਤੋਂ ਬਾਅਦ। ਆ ਗਿਆ ਜੀ ਆਪਣੀ ਟੈਸਟਿੰਗ ਦੀ ਵੀਡੀਓ, ਚਲਾ ਚਲੂ ਕੇ ਚੈੱਕ ਕੀਤਾ ਇਹਨੂੰ, ਸਾਰੇ ਗੇਅਰ ਵਗੈਰਾ ਚੈੱਕ ਕੀਤੇ ਇਹਦੇ, ਅਤੇ ਸ਼ੋਅ ਫਿੱਟ ਹੋ ਗਈ ਸੀਗੀ। ਲਾਈਟਾਂ ਅਪ ਡਾਊਨ ਸਭ ਸਾਰੇ ਫੰਕਸ਼ਨ A-to-Z ਕੰਮ ਕਰਦੇ ਟਰੈਕਟਰ ਦੇ। ਲਾਈਟਾਂ ਜਿਹੜੀਆਂ ਮਰਗਾੜਾਂ ਵਾਲੀਆਂ ਉਹ ਵੀ ਚੇਂਜ ਕਰਤੀਆਂ ਨੇ, ਨਵੀਆਂ ਪਾਤੀਆਂ ਸਾਰੀਆਂ ਲਾਈਟਾਂ। ਅਤੇ ਬਾਕੀ ਹੁਣ ਟਾਇਰਾਂ ਦੀ ਨਾਲ ਟਰੈਕਟਰ ਦੀ ਲੁੱਕ ਬਹੁਤ ਸੋਹਣੀ ਆਈ ਹੈ। ਅਤੇ ਇਸ ਤੋਂ ਬਾਅਦ ਡੈਡੀ 'ਤੇ ਆਪਣਾ ਫੌਜੀ ਲੈ ਕੇ ਚੱਲੇ ਆ ਜੀ ਇਹਨੂੰ ਗੁਰਦੁਆਰੇ ਮੱਥਾ ਟਿਕਾਉਣ, ਅਤੇ ਕਿਉਂਕਿ ਉਸ ਤੋਂ ਬਾਅਦ ਹੀ ਇਹਨੂੰ ਆਪਾਂ ਚਲਾਵਾਂਗੇ ਵਾਧੂ। ਅਤੇ ਇਹਦੀਆਂ ਲਿੰਕਾਂ ਵਗੈਰਾ ਹਜੇ ਲਾ ਕੇ ਰੱਖੀਆਂ ਹੋਈਆਂ, ਲਾ ਦਿਆਂਗੇ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਣਗੀਆਂ।
ਅਤੇ ਆਹ ਵਾਲੀ ਵੀਡੀਓ ਆਪਾਂ ਇਹਦੀ ਗੁਰਦੁਆਰੇ ਜਾਂਦੇ ਦੀ ਬਣਾਈ ਆ ਟਰੈਕਟਰ ਦੀ, ਅਤੇ ਪੂਰਾ ਸੋਹਣਾ ਲੱਗਦਾ ਟਰੈਕਟਰ ਜਾਂਦਾ, ਅਤੇ ਪਬਲਿਕ ਰਿਐਕਸ਼ਨ ਵੀ ਬਹੁਤ ਸੋਹਣਾ ਆਇਆ ਬਾਈ ਟਰੈਕਟਰ ਨੂੰ ਵੇਖ ਕੇ। ਹਰ ਕੋਈ ਖੜ੍ਹ ਕੇ ਦੇਖਦਾ ਸੀ ਟਰੈਕਟਰ ਨੂੰ, ਅਤੇ ਹਰ ਕਿਸੇ ਨੇ ਵੀਡੀਓ ਵੀ ਬਣਾਈ ਟਰੈਕਟਰ ਦੀ ਜਾਂਦੇ ਦੀ, ਅਤੇ ਸੋਹਣਾ ਲੱਗਦਾ ਸੀ ਟਰੈਕਟਰ ਵੀ ਰੋਡ 'ਤੇ ਜਾਂਦਾ, ਡਿਫਰੈਂਟ ਜਿਹੀ ਚੀਜ਼ ਲੱਗਦੀ ਸੀਗੀ, ਕਿਉਂਕਿ ਸਾਡੇ ਇੱਧਰ ਪਿੰਡਾਂ ਦੇ ਵਿੱਚ ਹਜੇ ਤੱਕ ਇਹੋ ਜਿਹੇ ਟਰੈਕਟਰ ਨਹੀਂ ਹੈਗੇ ਛੋਟੇ। ਸੋ ਇਹਨੂੰ ਬਹੁਤ ਲੋਕਾਂ ਨੇ ਮੰਨ ਲਾ ਵੀ ਪਿਆਰ ਦਿੱਤਾ ਟਰੈਕਟਰ ਨੂੰ, ਦੇਖਿਆ ਵੀ, ਵੀਡੀਓ ਵੀ ਬਣਾਈਆਂ, ਅਤੇ ਜਿਵੇਂ ਆ ਮੰਨ ਲਓ ਆਪਣੇ ਪਿੰਡ ਦੇ ਨੇ, ਇਹਨਾਂ ਨੇ ਖੜ੍ਹਾ ਕੇ ਵਧਾਈਆਂ ਦਿੱਤੀਆਂ ਟਰੈਕਟਰ ਦੀਆਂ, ਅਤੇ ਟਰੈਕਟਰ ਨੂੰ ਵੀ ਦੇਖਿਆ ਬਜ਼ੁਰਗਾਂ ਨੇ, ਅਤੇ ਵਹਿੰਦੇ ਵਹਿੰਦੇ ਹੋਰ ਵੀ ਬਥੇਰੇ ਲੋਕ ਇੱਥੇ ਇਕੱਠੇ ਹੋ ਗਏ ਸੀਗੇ। ਫਿਰ ਗੁਰਦੁਆਰੇ ਵੀ ਕਾਫੀ ਮੇਲਾ ਲੱਗਿਆ ਰਿਹਾ ਟਰੈਕਟਰ ਦੇ ਨਾਲ, ਅਤੇ ਕਾਫੀ ਮੰਨ ਲਓ ਵੀ ਟਰੈਕਟਰ 'ਤੇ ਪਬਲਿਕ ਰਿਐਕਸ਼ਨ ਬਹੁਤ ਸੋਹਣਾ ਆਇਆ ਟਰੈਕਟਰ ਨੂੰ, ਅਤੇ ਕਾਫੀ ਰਸ਼ ਹੋ ਗਿਆ ਸੀਗਾ ਇੱਥੇ ਵੀ ਖੜ੍ਹੇ ਖੜ੍ਹੇ, ਅਤੇ ਫਿਰ ਇੱਥੋਂ ਟਰੈਕਟਰ ਤੋਰਿਆ ਤਾਂ ਗੁਰਦੁਆਰੇ ਜਾ ਕੇ ਪੂਰਾ ਰਸ਼ ਹੋ ਗਿਆ ਸੀਗਾ ਟਰੈਕਟਰ ਦੇ ਆਲੇ ਦੁਆਲੇ, ਅਤੇ ਟਰੈਕਟਰ ਪੂਰਾ ਹੀ ਕਾਇਮ ਤਿਆਰ ਹੋਇਆ। ਜਿਵੇਂ ਛੋਟੇ ਛੋਟੇ ਜਵਾਕ ਆ ਬਾਈ, ਇਹ ਵੀ ਵੀਡੀਓ ਫੋਟੋਆਂ ਖਿੱਚ ਕੇ ਲਗਾਏ ਆ ਸਾਰੇ ਉੱਥੇ ਗੁਰਦੁਆਰੇ, ਬਹੁਤ ਲੋਕਾਂ ਨੇ ਇਹਨੂੰ ਮੰਨ ਲਓ ਚਲਾ ਕੇ ਵੀ ਦੇਖਿਆ ਅਤੇ ਇਹਦੀਆਂ ਵੀਡੀਓ ਵੀ ਬਣਾਈਆਂ, ਅਤੇ ਸੋਹਣਾ ਲੱਗਦਾ ਸੀਗਾ ਬਾਈ ਜੀ ਟਰੈਕਟਰ। ਬਾਕੀ ਜਦੋਂ ਸੁੱਕੀ ਸੰਦੀ ਟਰੈਕਟਰ ਦਾ ਕੰਮ ਸਾਰਾ ਨਿਬੜ ਗਿਆ, ਆਪਣੇ ਵੱਲੋਂ ਟਰੈਕਟਰ ਪੂਰਾ ਕਲੀਅਰ ਹੈ। ਸੋ ਸਭ ਤੋਂ ਪਹਿਲਾਂ ਕੰਮ ਗੁਰਦੁਆਰੇ ਮੱਥਾ ਟਿਕਾਉਣ ਦਾ ਹੀ ਬਣਦਾ ਸੀ ਟਰੈਕਟਰ ਦਾ, ਅਤੇ ਇਸ ਤੋਂ ਬਾਅਦ ਆਪਾਂ ਇਹਨੂੰ ਵਾਹ ਕੇ ਵੀ ਦੇਖਾਂਗੇ, ਟੈਸਟ ਡਰਾਈਵ ਕਰਾਂਗੇ ਇਹਦੀ ਪੂਰੀ, ਜਿੰਨੇ ਕੁ ਛੋਟੇ ਸੰਦ ਆਪਾਂ ਨੂੰ ਮਿਲੇ ਉਹਨਾਂ ਨਾਲ ਵਾਹ ਕੇ ਦੇਖਾਂਗੇ, ਪਾਵਰ ਵਗੈਰਾ ਵੀ ਇਹਦੀ ਚੈੱਕ ਕਰਾਂਗੇ। ਜਿਵੇਂ ਕਿ ਇਹਦਾ 26 HP ਦਾ ਇੰਜਨ ਹੈ, 3 ਸਿਲੰਡਰ ਦੇ ਵਿੱਚ ਮਿਸਟੋਬੂਸ਼ੀ ਦਾ ਇੰਜਨ ਹੈ, ਬੜੀ ਪਾਵਰ ਹੈ ਇੰਜਨ ਦੇ ਵਿੱਚ, ਕਿਉਂਕਿ ਜੇ 9x9 ਗੇਅਰਾਂ ਵਾਲਾ ਟਰੈਕਟਰ ਹੈ, ਅਤੇ ਜਿਹਦਾ ਲਾਸਟ ਵਾਲਾ ਟੋਪ ਗੇਅਰ ਲਾ ਦਿੰਦੇ ਹਾਂ ਤਾਂ ਇਹਨੂੰ ਕੋਈ ਵਾਸਤਾ ਨਹੀਂ, ਖੜ੍ਹਾ ਵੀ ਉਸੇ ਗੇਅਰ 'ਚ ਹੀ ਤੁਰ ਪੈਂਦਾ, ਬੈਕ ਵੀ 9ਵੇਂ ਦੇ ਵਿੱਚ ਉਵੇਂ ਹੀ ਤੁਰ ਪੈਂਦਾ, ਅਤੇ ਫਰੰਟ ਨੂੰ ਵੀ। ਅਤੇ ਆਹ ਟਰੈਕਟਰ ਆਪਣਾ ਪਹੁੰਚ ਗਿਆ ਜੀ ਗੁਰਦੁਆਰੇ, ਅਤੇ ਅੰਦਰ ਜਾ ਕੇ ਆਪਾਂ ਕਰਾਈ ਗੁਰਦੁਆਰੇ ਜਾ ਕੇ ਅਰਦਾਸ ਟਰੈਕਟਰ ਦੀ, ਅਤੇ ਇੱਥੇ ਵੀ ਕਾਫੀ ਰਸ਼ ਹੋ ਗਿਆ ਸੀਗਾ। ਸੋ ਗੁਰਦੁਆਰੇ ਫਿਰ ਆਪਾਂ ਵੀਡੀਓ ਨਹੀਂ ਬਣਾਈ ਗਈ ਟਰੈਕਟਰ ਦੀ, ਅਤੇ ਜਿੰਨੀ ਕੁ ਵੀਡੀਓ ਬਣੀ ਆਪਾਂ ਪਹਿਲਾਂ ਹੀ ਬਣਾਈ ਸੀਗੀ, ਅਤੇ ਇਸ ਤੋਂ ਬਾਅਦ ਘਰ ਲਿਆਂਦਾ। ਫਿਰ ਫੌਜੀ ਨੇ ਵੀ ਆਪ ਚਲਾ ਕੇ ਵੇਖਿਆ ਟਰੈਕਟਰ, ਅਤੇ ਆ ਗੇਅਰ ਸ਼ਿਫਟਿੰਗ ਵੀ ਇਹਨੇ ਆਪੇ ਕੀਤੀ ਹੈ। ਇਹਨੂੰ ਇੱਕ ਵਾਰ ਦੱਸਤਾ ਸੀ ਵੀ ਪੁੱਤ ਵੀ ਆਹ ਗੇਅਰ ਆਪਾਂ ਚੇਂਜ ਕਰਨ, ਅਤੇ ਤੋਂ ਅੱਗੇ ਨੂੰ ਤੁਰੂਗਾ, ਤੋਂ ਪਿੱਛੇ ਨੂੰ, ਬਟ ਹਜੇ ਨਵਾਂ ਗਾ, ਇਹਨੂੰ ਕਲੱਚ ਛੱਡਣ ਦਾ ਹਿਸਾਬ ਨਹੀਂ ਆਉਂਦਾ ਪਿਆ, ਵੀ ਤੇਜ਼ ਛੱਡ ਦਿੰਦਾ ਥੋੜ੍ਹਾ ਜਿਹਾ ਕਲੱਚ, ਬਟ ਚਲਾ ਲੈਂਦਾ ਹੈਗਾ, ਕਿਉਂਕਿ ਪਹਿਲਾਂ ਇਹਦੇ ਕੋਲ ਛੋਟੀ ਜਿਹੀ ਜੀਪ ਹੈ ਨਿੱਕੇ ਹੁੰਦੇ ਤੋਂ ਮੰਨ ਲਓ ਬੈਟਰੀ ਵਾਲੀ, ਉਹ ਸਟੇਅਰਿੰਗ ਦਾ ਉਹ ਚਲਾਉਂਦਾ ਕਰਕੇ ਇਹਨੂੰ ਕੋਈ ਦਿੱਕਤ ਨਹੀਂ ਆਈ ਚਲਾਉਣ ਦੇ ਵਿੱਚ ਸਟੇਅਰਿੰਗ ਵਾਲੇ ਕੰਮ 'ਤੇ ਤਾਂ, ਬਟ ਕਲੱਚ ਬ੍ਰੇਕ ਅਤੇ ਗੇਅਰ ਹਜੇ ਇਹਦੇ ਵਾਸਤੇ ਥੋੜ੍ਹੇ ਜਿਹੇ ਨਵੇਂ ਆ, ਅਤੇ ਹੌਲੀ ਹੌਲੀ ਇਹਨਾਂ ਚੀਜ਼ਾਂ ਦਾ ਵੀ ਮੰਨ ਲਓ ਵੀ ਹੋ ਜੂਗਾ ਪਾਇਲਟ, ਅਤੇ ਫੌਜੀ ਪੂਰਾ ਖੁਸ਼ ਆ ਆਪਣਾ ਟਰੈਕਟਰ ਦੇ ਨਾਲ। ਅਤੇ ਤੁਹਾਨੂੰ ਇੱਕ ਅੱਧੇ ਦਿਨ 'ਚ ਆਪਾਂ ਵੱਡੇ ਟਰੈਕਟਰ ਦੀਆਂ ਵੀਡੀਓ ਵੀ ਦਿੰਦੇ ਹਾਂ। ਬਾਕੀ ਥੋੜ੍ਹਾ ਜਿਹਾ ਵਾਹੁਣ ਦੇ ਵਿੱਚ ਇਹ ਦਿੱਕਤ ਆ ਵੀ ਹਜੇ ਟਰੈਕਟਰ ਦੀ ਆਪਣੇ ਕੋਲ ਟੋਪ ਲਿੰਕ ਨਹੀਂ ਹੈਗੀ, ਅਤੇ ਸੋ ਟੋਪ ਲਿੰਕ ਵਾਲਾ ਸੰਦ ਹਜੇ ਇਹਦੇ ਨਾਲ ਆਪਾਂ ਚਲਾ ਨਹੀਂ ਸਕਦੇ ਗੇ,
ਅਤੇ ਜੇ ਅਗਲਾ ਗੇੜਾ ਵੱਜਿਆ ਤਾਂ ਉੱਥੋਂ ਲੈ ਲਵਾਂਗੇ, ਨਹੀਂ ਇੱਥੋਂ ਛੋਟੀ ਟੋਪ ਲਿੰਕ ਤਿਆਰ ਕਰਵਾ ਲੈਂਦੇ ਹਾਂ, ਜਿਹਦੇ ਨਾਲ ਕੀ ਹੈ ਵੀ ਆਪਣਾ ਟਰੈਕਟਰ ਚਲਾ ਸਕੀਏ ਅਤੇ ਵਾਹ ਕੇ ਦੇਖ ਸਕੀਏ। ਅਤੇ ਹੁਣ ਦੇਖੋ ਟਰੈਕਟਰ ਦੀ ਲੁੱਕ ਕਿਵੇਂ ਆਈ ਆ। ਅਤੇ ਬਾਕੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ, ਅਤੇ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਤਾਂ ਕਿ ਆਪਾਂ ਹੋਰ ਵੀ ਵੀਡੀਓ ਚੈਨਲ 'ਤੇ ਪਾਉਂਦੇ ਰਵਾਂਗੇ। ਅਤੇ ਜਿਹੜੇ ਮੇਰੇ ਵੀਰ ਨਵੇਂ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ, ਅਤੇ ਧੰਨਵਾਦ ਜੀ।